ਨੌਰਥ ਸਬ ਡਿਵੀਜ਼ਨ ਵਿੱਚ ਰੋਜ਼ਾਨਾ ਜਿਹੜਾ ਕਿ ਹੈਲਥ ਡਿਪਾਰਟਮੈਂਟ ਹੈ ਅਤੇ ਜਿਹੜੇ ਈ ਓ ਸਾਹਿਬਾਨ ਨੇ ਬੀ ਡੀ ਪੀ ਓ ਸਾਹਿਬਾਨ ਨੇ ਉਹਨਾਂ ਨਾਲ ਮੀਟਿੰਗਸ ਕਰਕੇ ਅਸੀਂ ਸਾਰਿਆਂ ਨੂੰ ਸੁਚੇਤ ਕੀਤਾ ਜਾ ਰਿਹਾ ਕਿ ਜੋ ਜੋ ਉਹਨਾਂ ਦੇ ਫਰਜ਼ ਨੇ ਡਿਪਾਰਟਮੈਂਟ ਦੇ, ਸਭ ਨੇ ਆਪਣੇ ਆਪਣੇ ਪੂਰੇ ਕਰਨੇ ਨੇ। ਲੋਕਾਂ ਨੂੰ ਵੀ ਮੈਂ ਆਹੀ ਅਪੀਲ ਕਰਨਾ ਚਾਹੂੰਗਾ ਤੁਹਾਡੇ ਮੀਡੀਅਮ ਦੇ ਰਾਹੀਂ ਕਿ ਜੋ ਅਸੀਂ ਪ੍ਰਬੰਧ ਕੀਤਾ ਹੈ, ਅਸੀਂ ਚਾਹੇ ਹੋਸਪਿਟਲਸ ਵਿੱਚ ਪ੍ਰਬੰਧ ਹੈ ਸਾਡਾ, ਜਾਂ ਅਸੀਂ ਜਾਗਰੂਕਤਾ ਕੈਂਪੇਨ ਚਲਾ ਰਹੇ ਹਾਂ, ਜਾਂ ਫਿਰ ਜਿਹੜੇ ਬਾਹਰੋਂ ਬੰਦੇ ਆਏ ਉਹਨਾਂ ਨੂੰ ਟਰੇਸ ਕਰ ਰਹੇ ਹਾਂ, ਉਹਨਾਂ ਨੂੰ ਹੋਮ ਕੁਆਰੰਟੀਨ ਦੀ ਸਲਾਹ ਦੇ ਰਹੇ ਹਾਂ, ਇਹ ਸਾਰਾ ਕੁਝ ਤਾਂ ਹੀ ਕਾਮਯਾਬ ਹੋ ਸਕਦਾ ਜੇ ਜਨਤਾ ਸਾਡਾ ਸਾਥ ਦੇਵੇ। ਮੈਂ ਫਲੋਰ ਦੀ ਜਿੰਨੀ ਵੀ ਜਨਤਾ ਹੈ ਉਸਨੂੰ ਅਪੀਲ ਕਰਨਾ ਚਾਹੂੰਗਾ ਕਿ ਜਿੰਨੇ ਵੀ ਆਪਣੇ ਬਾਹਰ ਤੋਂ ਪਰਤੇ ਹੋਏ ਰਿਲੇਟਿਵਸ ਨੇ, ਭਰਾ ਨੇ, ਮਿੱਤਰ ਨੇ, ਜਿੰਨੇ ਵੀ ਆਏ ਹੋਏ ਨੇ, ਉਹਨਾਂ ਨੂੰ ਤੁਸੀਂ ਸਮਝਾਓ ਅਤੇ ਸਲਾਹ ਦਿਓ ਕਿ ਜੋ ਗੌਰਮੈਂਟ ਨੇ ਹੁਕਮ ਦਿੱਤਾ ਹੈ ਕਿ 14 ਦਿਨ ਲਈ ਉਹਨਾਂ ਨੇ ਆਪਣੇ ਆਪ ਨੂੰ ਹੋਮ ਕੁਆਰੰਟੀਨ ਕਰਨਾ ਹੈ, ਘਰ ਵਿੱਚ ਆਪਣੇ ਆਪ ਨੂੰ ਸਾਰਿਆਂ ਤੋਂ ਅਲੱਗ ਰੱਖ ਕੇ ਬੰਦ ਰੱਖਣਾ ਹੈ, ਉਸ ਦੇ ਉਹ ਪਾਲਣਾ ਕਰਨ। ਗੌਰਮੈਂਟ ਨੇ ਕੁਝ ਸੋਚ ਸਮਝ ਕੇ, ਜਿਹੜੇ ਸਾਡੇ ਸਿਹਤ ਵਿਗਿਆਨੀ ਨੇ ਅਤੇ ਜਿਹੜੇ WHO ਦੇ ਵੀ ਸਿਹਤ ਵਿਗਿਆਨੀ ਨੇ, ਉਹਨਾਂ ਨੇ ਕੁਝ ਸੋਚ ਸਮਝ ਕੇ ਹੀ ਇਸ ਗੱਲ ਬਾਰੇ ਸਾਨੂੰ ਦੱਸਿਆ ਹੈ, ਇਹ ਪ੍ਰੋਟੋਕਾਲ ਬਣਿਆ ਹੈ, SOP ਬਣਿਆ ਹੈ, ਇਸ ਦੀ ਪਾਲਣਾ ਕੀਤੀ ਜਾਵੇ, ਇਸ ਦੀ ਅਣਗਹਿਲੀ ਨਾ ਕੀਤੀ ਜਾਵੇ। ਨਹੀਂ ਤਾਂ ਮਜਬੂਰਨ ਬਹੁਤ ਹੀ ਅਫਸੋਸ ਨਾਲ ਬਟ ਬਹੁਤ ਹੀ ਸਖਤੀ ਨਾਲ ਸਾਨੂੰ ਫਿਰ ਉਹਨਾਂ ਦੇ ਖਿਲਾਫ਼ ਕਾਰਵਾਈ ਕਰਨੀ ਪਏਗੀ। ਉਹ ਐਪੀਡੈਮਿਕ ਐਕਟ ਦੀ ਵੀ ਉਲੰਘਣਾ ਕਰ ਰਹੇ ਨੇ, 188 ਦਾ ਉਹਨਾਂ 'ਤੇ ਪਰਚਾ ਦਰਜ ਹੋ ਸਕਦਾ ਹੈ, ਹੋਰ ਵੀ ਜਿਹੜੇ IPC ਦੇ ਰੈਲੇਵੈਂਟ ਸੈਕਸ਼ਨਸ ਨੇ ਉਹਨਾਂ ਦੇ ਅਧੀਨ ਵੀ ਉਹਨਾਂ 'ਤੇ ਕਾਰਵਾਈ ਹੋ ਸਕਦੀ ਹੈ। ਇਸ ਕਰਕੇ ਮੈਂ ਉਹਨਾਂ ਸਾਰਾ NRI ਵੀਰਾਂ ਨੂੰ ਵੀ ਅਤੇ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਅਤੇ ਹੋਰ ਵੀ ਜਿਹੜੇ ਉਹਨਾਂ ਦੇ ਨਾਲ ਘਰ ਵਾਲੇ ਨੇ, ਮਿੱਤਰ ਨੇ, ਉਹਨਾਂ ਨੂੰ ਹੀ ਬੇਨਤੀ ਕਰੂੰਗਾ ਕਿ ਕਾਇੰਡਲੀ ਉਹਨਾਂ ਨੂੰ ਕਹੋ ਕਿ ਜਿਹੜਾ 14 ਦਿਨ ਦਾ ਕੁਆਰੰਟੀਨ ਹੈ ਉਸ ਦੀ ਉਹ ਪਾਲਣਾ ਕਰਨ। ਅਸੀਂ ਉਹਨਾਂ ਦਾ ਸਾਥ ਦੇਣ ਲਈ ਹਾਂ, ਉਹਨਾਂ ਦੀ ਦੇਖ ਰੇਖ ਕਰਨ ਲਈ ਹਾਂ, ਉਹਨਾਂ ਨੂੰ ਡਰਨ ਦੀ ਇਸ 'ਚ ਕੋਈ ਲੋੜ ਨਹੀਂ ਹੈ। ਕਿਸੇ ਵੀ ਬੰਦੇ ਨੂੰ ਉਸਦੀ ਮਰਜ਼ੀ ਦੇ ਖਿਲਾਫ਼ ਜਾਂ ਕੁਛ ਇੱਦਾਂ ਦਾ ਕੋਈ ਕਾਰਵਾਈ ਕਿਸੇ ਖਿਲਾਫ਼ ਨਹੀਂ ਕੀਤੀ ਜਾ ਰਹੀ, ਨਾ ਹੀ ਕੀਤੀ ਜਾਵੇਗੀ, ਬਟ ਉਹ ਸਵੈ ਇੱਛਾ ਨਾਲ ਜੋ ਉਹਨਾਂ ਨੇ ਪਲੇਨ ਦੇ ਉੱਤਰ ਸਾਰੇ ਇੱਕ ਡੈਕਲਰੇਸ਼ਨ ਸਾਈਨ ਕੀਤਾ ਸੀ ਕਿ ਹਾਂਜੀ ਮੈਂ 14 ਦਿਨ ਕੁਆਰੰਟੀਨ 'ਚ ਘਰ ਆਪਣੇ ਰਹੂੰਗਾ, ਉਸ ਜਿਹੜਾ ਭਰੋਸਾ ਉਹਨਾਂ ਨੇ ਗੌਰਮੈਂਟ ਨੂੰ ਦਵਾਇਆ ਸੀਗਾ, ਉਸ ਭਰੋਸੇ 'ਤੇ ਉਹ ਖਰੇ ਉਤਰਨ ਅਤੇ ਆਪਣੇ ਘਰ ਰਹਿਣ। ਬਾਕੀ ਜੋ ਪ੍ਰੋਟੋਕਾਲ ਹੱਥ ਧੋਣ ਦੇ, ਸੋਸ਼ਲ ਡਿਸਟੈਂਸਿੰਗ ਦੇ, ਆਪਾਂ ਆਪਸ 'ਚ ਫਾਸਲਾ ਰੱਖਣਾ, ਭੀੜ ਭਾੜ ਵਾਲੀ ਜਗ੍ਹਾ 'ਤੇ ਨਹੀਂ ਜਾਣਾ, 20 ਤੋਂ ਵੱਧ ਜਗ੍ਹਾ ਬੰਦਿਆਂ ਦਾ ਇਕੱਠ ਨਹੀਂ ਕਰਨਾ, ਉਹ ਤਾਂ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਉਹਦੀ ਪਾਲਣਾ ਵੀ ਕਰਨ। ਪੋਜ਼ੀਟਿਵ ਕੇਸ ਹਾਲੇ ਕੋਈ ਨਹੀਂ ਆਇਆ ਜੀ, ਬਾਕੀ ਸਸਪੈਕਟਡ ਕੇਸਿਸ ਨੇ ਉਹਨਾਂ ਦੀ ਹੈਲਥ ਡਿਪਾਰਟਮੈਂਟ ਮੋਨੀਟਰਿੰਗ ਕਰ ਹੀ ਰਿਹਾ, ਉਹ ਚੱਲਦੀ ਪਈ ਹੈ, ਅਤੇ ਇਸ ਬਾਰੇ ਕੋਈ ਹੋਰ ਅਪਡੇਟ ਹੋਏਗੀ ਤੁਹਾਨੂੰ ਅਸੀਂ